ਇਜ਼ਰਾਈਲ ਦੇਸ਼ ਵੱਲੋਂ ਹਮਾਸ ਦੇ ਨਾਲ ਚੱਲ ਰਹੇ ਸੰਘਰਸ਼ ਦਰਮਿਆਨ ਗਾਜ਼ਾ ਪੱਟੀ ਉੱਤੇ ਕੀਤੇ ਜਾ ਰਹੇ ਹਮਲੇ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਦੇ ਜਾ ਰਹੇ ਨੇ। ਇਸ ਦਰਮਿਆਨ ਫਲਸਤੀਨੀ ਲੋਕਾਂ ਦਾ ਵੱਡੇ ਪੱਧਰ ਉੱਤੇ ਹੋ ਰਿਹਾ ਜਾਨੀ ਨੁਕਸਾਨ ਅਤੇ ਬੀਤੇ ਦਿਨੀ ਗਾਜ਼ਾ ਦੇ ਇੱਕ ਹਸਪਤਾਲ ਉੱਤੇ ਹੋਈ ਬੰਬਾਰੀ ਕਾਰਨ ਮਾਰੇ ਗਏ ਲੋਕਾਂ ਦਾ ਮੁੱਦਾ ਵੀ ਗਰਮਾਉਂਦਾ ਜਾ ਰਿਹਾ ਹੈ। ਬੀਤੇ ਦਿਨ ਅਮੈਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇਜ਼ਰਾਈਲ ਦੇ ਦੌਰੇ ਦਰਮਿਆਨ ਜਿੱਥੇ ਇਸ ਮੁੱਦੇ ਉੱਤੇ ਬਿਆਨ ਦੇ ਕੇ ਇਜ਼ਰਾਈਲ ਨੂੰ ਹਸਪਤਾਲ ਉੱਤੇ ਹੋਏ ਹਮਲੇ ਤੋਂ ਲਾਂਭੇ ਰੱਖਣ ਦੀ ਕੋਸ਼ਿਸ਼ ਹੋਈ, ਉੱਥੇ ਹੀ ਹੁਣ ਜੋ ਬਾਈਡਨ ਦਾ ਇਹ ਵੀ ਕਹਿਣਾ ਹੈ ਕਿ ਮਿਸਰ ਦੇ ਰਾਸ਼ਟਰਪਤੀ ਗਾਜ਼ਾ ਪੱਟੀ ਦੇ ਲੋਕਾਂ ਤੱਕ ਮਨੁੱਖਤਾ ਆਧਾਰਿਤ ਸਹਾਇਤਾ ਪਹੁੰਚਾਉਣ ਲਈ 20 ਟਰੱਕਾਂ ਦੀ ਇਜਾਜ਼ਤ ਦੇਣ ਲਈ ਗਾਜ਼ਾ ਵਿੱਚ ਆਪਣੀ ਸਰਹੱਦ ਖੋਲ੍ਹਣ ਲਈ ਸਹਿਮਤ ਹੋ ਗਏ ਨੇ। ਬਾਈਡਨ ਦਾ ਕਹਿਣਾ ਕਿ ਉਹਨਾਂ ਨੇ ਇਜ਼ਰਾਈਲ ਦੀ ਯਾਤਰਾ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਨਾਲ ਗੱਲ ਕੀਤੀ ਹੈ ਅਤੇ ਮਨੁੱਖਤੀ ਆਧਾਰਿਤ ਸਹਾਇਤਾ ਦੀ ਆਗਿਆ ਦੇਣ ਲਈ ਦੋਵੇਂ ਆਗੂ ਸਹਿਮਤ ਨੇ। ਇਸ ਦਰਮਿਆਨ ਕਈ ਹੋਰਨਾਂ ਦੇਸ਼ਾਂ ਵੱਲੋਂ ਵੀ ਗਾਜ਼ਾ ਪੱਟੀ ਨੂੰ ਮਨੁੱਖੀ ਸਹਾਇਤਾ ਭੇਜੀ ਜਾ ਰਹੀ ਹੈ। ਰੂਸ ਵੱਲੋਂ ਵੀ 27 ਟਨ ਮਨੁੱਖੀ ਸਹਾਇਤਾ ਗਾਜ਼ਾ ਲਈ ਭੇਜੀ ਗਈ ਹੈ। ਇਸ ਦਰਮਿਆਨ ਗਾਜ਼ਾ ਪੱਟੀ ਉੱਤੇ ਹਮਲੇ ਲਗਾਤਾਰ ਜਾਰੀ ਨੇ ਅਤੇ ਉੱਥੋਂ ਲੋਕਾਂ ਨੂੰ ਸੁਰੱਖਿਅਤ ਬਚਾਉਣ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।